ਜੋਬ ਵੈਟਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਦੀਪ ਸਿੱਧੂ ਦੀ ਗਰਲਫ੍ਰੈਂਡ ਨੇ ਕੀਤਾ ਵੱਡਾ ਖੁਲਾਸਾ ਦੀਪ ਦੇ ਬਾਰੇ ਕਹੀ ਇਹ ਵੱਡੀ ਗੱਲ ਸਭ ਹੋ ਗਏ ਹੈਰਾਨ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦੀਪ ਸਿੰ্ধু ਦੀ গারਲਫ੍ਰੈਂਡ ਦੇ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਦੀਪ ਸਿੰ্ধু ਦੇ ਬਾਰੇ ਇਹ ਗੱਲ ਦੱਸੀ ਗਈ ਹੈ ਜਿਸ ਨੂੰ ਸੁਣ ਕੇ ਸਾਰੇ ਹੈਰਾਨ ਹਨ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਜਿਸ ਸਮੇਂ ਦੀਪ ਸਿੰ্ধু ਦਾ ਐਕਸੀਡੈਂਟ ਹੋ ਗਿਆ ਤਾਂ ਉਸ ਨਾਲ ਵੈਲੈਂਟਾਈਨ ਡੇ ਮਨਾ ਕੇ ਦਿੱਲੀ ਤੋਂ ਪੰਜਾਬ ਪਰਤਦੇ ਸਮੇਂ ਉਸ ਦੀ গারਲਫ੍ਰੈਂਡ ਰੀਨਾ ਰਾਏ ਵੀ ਗੱਡੀ ਦੇ ਵਿੱਚ ਮੌਜੂਦ ਸੀ ਇਸ ਹਾਦਸੇ ਵਿੱਚ ਜਿੱਥੇ ਦੀਪ ਸਿੱਧੂ ਦੀ ਮੌਤ ਹੋ ਗਈ ਉੱਥੇ ਹੀ ਉਸਦੀ ਗਰਲਫ੍ਰੈਂਡ ਰੀਨਾ ਰਾਏ ਨੂੰ ਕੁਝ ਸਟੱਟਾਂ ਲੱਗੀਆਂ ਜੋ ਬਾਅਦ ਵਿੱਚ ਅਮਰੀਕਾ ਵਾਪਸ ਚਲੀ ਗਈ ਤਸਵੀਰਾਂ ਦੇ ਵਿੱਚ ਤੁਸੀਂ ਰੀਨਾ ਰਾਏ ਨੂੰ ਬੈਠੀ ਹੋਈ ਦੇਖ ਸਕਦੇ ਹੋ ਜੀ ਹੁਣ ਉਸਦੇ ਵੱਲੋਂ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਜਿਸ ਸਮੇ ਉਸਦੀ ਗੱਡੀ ਦਾ ਐਕਸੀਡੈਂਟ ਹੋਇਆ ਤਾਂ ਉਸ ਸਮੇ ਦੀਪ ਸਿੱਧੂ ਦੇ ਵੱਲੋਂ ਕੋਈ ਵੀ ਸ਼ਰਾਬ ਨਹੀਂ ਪੀਤੀ ਹੋਈ ਸੀ ਉਸਦੀ ਗੱਡੀ ਦੇ ਵਿੱਚੋਂ ਬਰਾਮਦ ਕੀਤੀ ਗਈ ਸੈਂਪਟ ਦੀ ਬੋਤਲ ਘਰ ਤੋਂ ਲਿਆਂਦੀ ਗਈ ਸੀ ਜੋ ਕਿਸੇ ਵੱਲੋਂ ਨਹੀਂ ਪੀਤੀ ਗਈ ਸੀ ਇਸ ਹਾਦਸੇ ਤੋਂ ਬਾਅਦ ਦੀਪ ਸਿੱਧੂ ਦੇਪਰਾਮਨ ਦੀਪ ਸਿੱਧੂ ਵੱਲੋਂ ਉਸ ਨੂੰ ਵਾਪਸ ਅਮਰੀਕਾ ਜਾਣ ਵਾਸਤੇ ਆਖਿਆ ਗਿਆ ਸੀ ਤੇ ਕਿਹਾ ਗਿਆ ਸੀ ਕਿ ਦੀਪ ਸਿੱਧੂ ਦੇ ਭੋਗ ਤੋਂ ਬਾਅਦ ਉਸ ਵੱਲੋਂ ਇੱਕ ਵੀਡੀਓ ਪਾ ਕੇ ਸਾਰੀ ਸੂਚਾਈ ਦੱਸ ਦਿੱਤੀ ਜਾਵੇ ਪਰ ਉਸ ਵੱਲੋਂ ਜਿਹਾ ਨਹੀਂ ਕੀਤਾ ਗਿਆ ਤੇ ਉਸਨੇ ਦੱਸਿਆ ਕਿ ਗੱਡੀ ਦੇ ਵਿੱਚ ਉਸ ਦਾ ਜੋ ਸਮਾਨ ਸੀ ਉਹ ਪੁਲਿਸ ਕੋਲੇ ਸੀ ਜੋ ਬਾਅਦ ਵਿੱਚ ਦੀਪ ਸਿੱਧੂ ਦੇ ਭਰਾ ਨੂੰ ਦੇ ਦਿੱਤਾ ਗਿਆ ਏ ਉਸ ਵੱਲੋਂ ਆਪਣੇ ਫੋਨਾਂ ਦੀ ਵੀ ਮੰਗ ਕੀਤੀ ਗਈ ਜਿਸ ਵਿੱਚ ਉਸ ਦੀਆਂ ਕੁਝ ਪਰਸਨਲ ਦੀਪ ਸਿੱਧੂ ਦੇ ਨਾਲ